ਜ਼ਬਾਨ ਦੇ ਅੰਦਰ ਇਤਿਹਾਸ ਦੇ ਨਾਲ ਸਰਕਾਰ ਵੱਲੋਂ ਕੀਤੀ ਗਈ ਛੇੜਛਾੜ ਦਾ ਵਿਰੋਧ ਤਕਰੀਬਨ ਹਰ ਸੰਸਥਾ ਵੱਲੋਂ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਇੱਥੇ ਸਥਾਪਿਤ ਕੀਤਾ ਗਿਆ ਸ਼ਹੀਦ ਊਧਮ ਸਿੰਘ ਦਾ ਬੁੱਤ ਵਿਵਾਦਾਂ ਵਿੱਚ ਘਿਰਿਆ। ਉਸ ਤੋਂ ਬਾਅਦ ਜਲ੍ਹਿਆਂਵਾਲਾ ਬਾਗ ਨੂੰ ਅੰਦਰ ਜਾਣ ਵਾਲੀ ਗਲੀ ਤੇ ਜਿਹੜੀਆਂ ਮੂਰਤੀਆਂ ਬਣਾਈਆਂ ਗਈਆਂ ਉਹ ਵੀ ਵਿਵਾਦਾਂ ਵਿੱਚ ਫਸ ਗਈਆਂ ਅਤੇ ਇਸ ਤੋਂ ਬਾਅਦ ਇਤਿਹਾਸਕ ਖੂਹ ਦੀ ਦਿੱਖ ਵਿਗਾੜਨ ਦਾ ਮਾਮਲਾ ਵੀ ਕਾਫੀ ਪੱਕ ਰਿਹਾ ਹੈ, ਜਿਸ ਨੂੰ ਲੈ ਕੇ ਹੁਣ ਨੌਜਵਾਨ ਭਾਰਤ ਸਭਾ ਨੇ ਜਲ੍ਹਿਆਂਵਾਲਾ ਬਾਗ ਦੇ ਬਾਹਰ ਲਾਇਆ ਪੱਕਾ ਧਰਨਾ। ਦਿੱਖ ਬਹਾਲ ਨਹੀਂ ਹੁੰਦੀ ਉਹਨਾਂ ਸਮਾਂ ਇਹ ਚੱਲਣਾ ਹੈਗਾ। ਦਿੱਖ ਦੇ ਵਿੱਚ ਇਹਨਾਂ ਨੇ ਜਿਹੜਾ ਐਂਟਰੀ ਪੁਆਇੰਟ ਆ ਉੱਥੇ ਇਸ ਕਿਸਮ ਦੀਆਂ ਮੂਰਤੀਆਂ ਲਾ ਰੱਖੀਆਂ ਨੇ ਜਿਨ੍ਹਾਂ ਦਾ ਜਲ੍ਹਿਆਂਵਾਲੇ ਬਾਗ ਦੇ ਇਤਿਹਾਸ ਨਾਲ ਕੋਈ ਮੇਲ ਨਹੀਂ ਹੈ, ਕਿਉਂਕਿ ਸਾਨੂੰ ਪਤਾ ਕਿ ਉਸ ਦਿਨ ਲੋਕ ਇੱਥੇ ਮਾਰਸ਼ਲ ਲਾ ਲੱਗੇ ਹੋਣ ਦੇ ਬਾਵਜੂਦ ਆਪਦਾ ਵਿਰੋਧ ਪ੍ਰਦਰਸ਼ਨ ਕਰਨ ਆਏ ਸੀਗੇ। ਮਾਰਸ਼ਲ ਲਾ ਦਾ ਮਤਲਬ ਆ ਦੇਖ ਅਨੁਸਾਰ ਗੋਲੀ ਦਾ ਹੁਕਮ, ਅਤੇ ਉਸ ਦੇ ਬਾਵਜੂਦ ਲੋਕ ਇੱਥੇ ਵਿਰੋਧ ਪ੍ਰਦਰਸ਼ਨ ਕਰਨ ਆਏ ਸੀ। ਕੋਈ ਮੇਲਾ ਦੇਖਣ ਨਹੀਂ ਆਏ, ਜੋ ਮੂਰਤੀਆਂ ਲਾਈਆਂ ਨੇ ਉਹਨਾਂ ਤੋਂ ਇੰਝ ਪ੍ਰਤੀਕ ਹੁੰਦਾ ਵੀ ਉਹ ਮੇਲਾ ਦੇਖਣ ਆਏ ਨੇ। ਦੂਸਰਾ, ਵੱਖਰਾ ਗੇਟ ਖੋਲਿਆ, ਉਸ 'ਤੇ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਲੱਗਣਾ ਵੀ ਜੇ ਵੱਖਰਾ ਗੇਟ ਹੈ ਸੀ ਤਾਂ ਕੰਧਾਂ ਟੱਪਣ ਦੀ ਜਾਂ ਖੂਹ 'ਚ ਛਾਲ ਮਾਰਨ ਦੀ ਕੀ ਲੋੜ ਸੀ। ਦੂਸਰਾ, ਖੂਹ ਆ ਉਹਦੇ ਤਾਂ ਦਿਖਦਾ ਹੀ ਨਹੀਂ ਹੈ, ਉਹਦੀ ਦਿੱਖੇ ਵਿਗਾੜ ਦਿੱਤੀ ਗਈ ਆ, ਗੋਲੀਆਂ ਦੇ ਨਿਸ਼ਾਨ ਨੇ ਜਿਹੜੇ ਉਹ ਵੀ ਮਤਲਬ ਖੁਰ ਰਹੇ ਨੇ, ਅਤੇ ਇਸ ਦੇ ਅੰਦਰ ਜਿਹੜਾ ਗੈਲਰੀ ਬਣੀਆਂ ਨੇ ਉਹਦੇ ਅੰਦਰ ਵੀ ਜਿਹੜਾ ਅਸਲ ਕੌਮੀ ਆਜ਼ਾਦੀ ਦੀ ਮੂਵਮੈਂਟ ਸੀ ਉਹਦਾ ਇਤਿਹਾਸ ਦੇਖਣ ਦੀ ਥਾਂ 'ਤੇ ਜਿਹੜਾ ਭਗਵਾਂ ਰਾਸ਼ਟਰਵਾਦ RSS ਦਾ ਏਜੰਡਾ ਗਾ ਉਹਨੂੰ ਲਾਗੂ ਕੀਤਾ ਗਿਆ। ਉਹਦੀ ਮੇਨ ਧਾਰਨਾ ਇਹ ਵੀ ਭਾਜਪਾ ਦਾ ਜਿਹੜਾ ਕੋਮਲ ਕਮਲ ਦਾ ਫੁੱਲ ਆ, ਜਿਹੜਾ ਉਹਨਾਂ ਦਾ ਚੋਣ ਨਿਸ਼ਾਨ ਆ, ਉਹਨੂੰ ਇੱਥੇ ਲਾਇਆ ਗਿਆ। ਉਸ ਤੋਂ ਇਲਾਵਾ ਟਿਕਟ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸ਼ਹੀਦ ਊਧਮ ਸਿੰਘ ਦਾ ਬੁੱਤ ਇਸ ਕਿਸਮ ਦਾ ਲਾ ਰੱਖਿਆ ਜਿਹੜਾ ਉਹਦੇ ਸ਼ਖਸੀਅਤ ਨਾਲ ਬਿਲਕੁਲ ਮੇਲ ਨਹੀਂ ਖਾਂਦਾ। ਇਹ ਸਾਰੀਆਂ ਚੀਜ਼ਾਂ ਨੇ, ਅਤੇ ਇਹਦੇ 'ਤੇ ਅਸੀਂ ਪਿਛਲੇ ਲੰਬੇ ਸਮੇਂ ਤੋਂ ਪ੍ਰਸ਼ਾਸਨ ਨੂੰ ਕਹਿੰਦੇ ਆ ਰਹੇ ਹਾਂ, ਪਰ ਪ੍ਰਸ਼ਾਸਨ ਜਾਣ ਬੁੱਝ ਕੇ ਇਸ ਮਸਲੇ ਦਾ ਕੋਈ ਹੱਲ ਨਹੀਂ ਕਰਨਾ ਚਾਹੁੰਦਾ। ਅੱਜ ਪ੍ਰਸ਼ਾਸਨ ਆਇਆ ਤੁਹਾਡੇ ਕੋਲ ਜੀ? ਕੱਲ੍ਹ ਤੋਂ ਹੀ ਮੀਟਿੰਗਾਂ ਚੱਲ ਰਹੀਆਂ ਨੇ ਜੀ, ਅੱਜ ਵੀ ਸਵੇਰੇ SSP ਸਾਹਿਬ ਨਾਲ ਮੀਟਿੰਗ ਹੋਈ ਆ। ਸਾਡਾ ਇਹ ਸੀ ਵੀ ਇੱਕ ਤਾਂ ਬੁੱਤ ਢੱਕਿਆ ਜਾਵੇ, ਉਹ ਜਿਹੜਾ ਉਹਨਾਂ ਨੇ ਰੱਖ ਢੱਕ ਦਿੱਤਾ। ਦੂਸਰਾ, ਸਾਡਾ ਇਹ ਸੀ ਵੀ ਜਿਹੜੀ ਇਸ ਮਸਲੇ ਦੇ ਹਾਇਰ ਅਥਾਰਟੀ ਆ, ਜਿਹੜੀ ਮਤਲਬ ਇਹਨੂੰ ਬਦਲ ਸਕਦੀ ਆ, ਸਾਡੀ ਉਹਦੇ ਨਾਲ ਮੀਟਿੰਗ ਕਰਾਈ ਜਾਵੇ। ਉਹ ਤਿੰਨ ਬੰਦੇ ਹੈਗੇ ਆ, ਮੁੱਖ ਮੰਤਰੀ ਹੈਗੇ ਪੰਜਾਬ ਦੇ, ਗਵਰਨਰ ਪੰਜਾਬ ਦੇ, ਜਾਂ ਪ੍ਰਧਾਨ ਮੰਤਰੀ ਨੇ ਦੇਖਦੇ। ਅਤੇ ਉਹਦੇ 'ਚੋਂ ਪ੍ਰਸ਼ਾਸਨ ਨੇ ਸਾਨੂੰ 4:30 ਵਜੇ ਦਾ ਟਾਈਮ ਦਿੱਤਾ ਗਾ ਵੀ ਜੇ 4:30 ਵਜੇ ਤੱਕ ਅਸੀਂ ਤੁਹਾਨੂੰ ਟਾਈਮ ਲੈ ਕੇ ਦਿੰਦੇ ਹਾਂ। ਜੇ 4:30 ਵਜੇ ਟਾਈਮ ਲੈ ਕੇ ਦੇਣਗੇ ਫਿਰ ਅਸੀਂ ਇਹ ਧਰਨਾ ਸਮਾਪਤ ਕਰਾਂਗੇ, ਨਹੀਂ ਸਾਡਾ ਇਹ ਮੋਰਚਾ ਜਿੰਨਾ ਸਮਾਂ ਇਹ ਸਾਡੀਆਂ ਮੰਗਾਂ ਨਹੀਂ ਹੁੰਦੀਆਂ ਚੱਲਦਾ ਰਹੂ। ਇਹ ਜੋ ਧਰਨਾ ਨੌਜਵਾਨ ਭਾਰਤ ਸਭਾ ਵੱਲੋਂ ਲਗਾਇਆ ਗਿਆ ਹੈ, ਅਤੇ ਮੈਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਭਤੀਜੀ ਬੀਬੀ ਜਸਮੀਤ ਕੌਰ ਜੀ ਵੱਲੋਂ ਸਵੇਰੇ ਦਿਸ਼ਾ ਨਿਰਦੇਸ਼ ਮਿਲੇ ਸਨ ਕਿ ਇਹ ਧਰਨੇ ਦਾ ਸਮਰਥਨ ਕਰਨਾ ਹੈ। ਅਤੇ ਇਹ ਧਰਨਾ ਜਿਹੜਾ ਨੌਜਵਾਨ ਭਾਰਤ ਸਭਾ ਜਿਹੜੀ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੇ ਆਪ ਖੁਦ ਬਣਾਈ ਸੀ ਅਤੇ ਉਹਨਾਂ ਵੱਲੋਂ ਲਗਾਇਆ ਗਿਆ ਸੀ, ਅਤੇ ਇਸ ਕਰਕੇ ਸਾਡਾ ਇਸ ਧਰਨੇ ਨੂੰ ਸਮਰਥਨ ਕਰਨਾ ਜ਼ਰੂਰੀ ਬਣਦਾ ਸੀ। ਇਹ ਧਰਨਾ ਜੀ ਖਾਸ ਤੌਰ 'ਤੇ ਲਗਾਇਆ ਗਿਆ ਕਿ ਜਲ੍ਹਿਆਂਵਾਲੇ ਬਾਗ ਦੀ ਜਿਹੜੀ ਦਿੱਖ ਹੈ, ਜਿਹੜੀ ਇਹਦੀ ਵਿਰਾਸਤ ਹੈ, ਇਹਨੂੰ ਖਤਮ ਕੀਤਾ ਜਾ ਰਿਹਾ ਹੈ। ਅਤੇ ਗੱਲ ਵੀ ਬਹੁਤ ਹੱਦ ਤੱਕ ਸਹੀ ਹੈ। ਹੁਣ ਜੋ ਇਹਦਾ ਨਵੀਨੀਕਰਨ ਹੋਇਆ ਇਹਦੇ ਤਹਿਤ ਜੇਕਰ ਅਸੀਂ ਅੰਦਰ ਜਾ ਕੇ ਦੇਖੀਏ, ਜਿਹੜੀ ਜਨਰਲ ਡਾਇਰ ਦੀ ਕਰੂਰਤਾ ਸੀ ਉਹਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ ਹੈ, ਅਤੇ ਜਿਹੜੀ ਸਾਡੇ ਵੱਡਿਆਂ ਨੇ ਸ਼ਹਾਦਤ ਦਿੱਤੀ ਸੀ ਉਹ ਸ਼ਹਾਦਤ ਨੂੰ ਫਿੱਕਾ ਪਾ ਦਿੱਤਾ ਗਿਆ ਹੈ, ਉਹਦੇ ਉੱਤੇ ਮਲੀਆ ਮੇਟ ਕਰਕੇ ਉਹਨੂੰ ਛਪਾਉਣ ਦੀ ਕੋਸ਼ਿਸ਼ ਕਰ ਦਿੱਤੀ ਗਈ ਹੈ। ਅਤੇ ਇਸ ਤੋਂ ਇਲਾਵਾ ਹੋਰ ਅਨੇਕਾਂ ਹੀ ਅੰਦਰ ਇਹੋ ਜਿਹੇ ਬਦਲਾਅ ਕੀਤੇ ਗਏ ਨੇ ਜਿਹਦੇ ਨਾਲ ਇਹ ਸਾਡੇ ਵਿਰਸੇ ਦੇ ਨਾਲ ਸਿੱਧੀ ਸਿੱਧੀ ਛੇੜਛਾੜ ਹੈ। ਇਸ ਤੋਂ ਇਲਾਵਾ ਮੈਂ ਇੱਕ ਗੱਲ ਕਰਨੀ ਚਾਹਾਂਗਾ ਕਿ ਇਹ ਜਿੰਨਾ ਵੀ ਕੁਝ ਹੋ ਰਿਹਾ ਇਹ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਹੋ ਰਿਹਾ ਹੈ। ਪਿਛਲੇ ਕੁਝ ਸਾਲਾਂ ਦੇ ਵਿੱਚ ਅੰਮ੍ਰਿਤਸਰ ਜਿਹੜਾ ਇੱਕ ਬੜੇ ਵੱਡੇ ਟੂਰਿਸਟ ਹੱਬ ਦੇ ਵਜੋਂ ਸਾਹਮਣੇ ਆਇਆ ਹੈ, ਖਾਸ ਤੌਰ 'ਤੇ ਜਲ੍ਹਿਆਂਵਾਲਾ ਬਾਗ ਜਿਹੜਾ ਸ਼ਹੀਦੀ ਸਮਾਰਕ ਦੇ ਤੌਰ 'ਤੇ ਇਹਨੇ ਵਿਸ਼ਵ ਪ੍ਰਸਿੱਧ ਦੇ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ। ਪਰ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਇਹ ਸਾਰੇ ਹੈਰੀਟੇਜ ਸਟਰੀਟ ਨੂੰ, ਇਸ ਇੰਡਸਟਰੀਅਲ ਹੱਬ ਨੂੰ, ਟੂਰਿਸਟ ਹੱਬ ਨੂੰ ਖਤਮ ਕੀਤਾ ਜਾ ਰਿਹਾ ਹੈ। ਇਹਦੇ ਲਈ ਅੱਜ ਤੋਂ 1.5 ਸਾਲ ਪਹਿਲਾਂ ਪਿਛਲੇ ਚੌਂਕ ਦੇ ਵਿੱਚ, ਘੋੜੇ ਵਾਲਾ ਚੌਂਕ ਕਹਿੰਦੇ ਆ, ਉੱਥੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਭੰਗੜੇ ਦੇ 4 ਬੁੱਤ ਲੱਗੇ ਹੋਏ ਸਨ, ਜਿਹੜੇ ਕਿ ਉੱਥੋਂ ਉਖਾੜ ਦਿੱਤੇ ਗਏ ਨੇ, ਖਤਮ ਕਰ ਦਿੱਤੇ ਗਏ ਨੇ। ਉਸ ਉਜਾੜੇ ਤੋਂ ਬਾਅਦ ਉਹ ਇੱਕ ਪਹਿਲਾ ਕਦਮ ਸੀ ਇਸ ਉਜਾੜੇ ਦਾ, ਅਤੇ ਹੁਣ ਇਸ ਉਜਾੜੇ ਦਾ ਅਗਲਾ ਕਦਮ ਜਿਹੜਾ ਉਹ ਜਲ੍ਹਿਆਂਵਾਲਾ ਬਾਗ ਹੋ ਗਿਆ ਹੈ। ਅਤੇ ਜੇਕਰ ਇਸੇ ਤਰ੍ਹਾਂ ਇਹ ਹੈਰੀਟੇਜ ਸਟਰੀਟ ਨੂੰ ਜੇਕਰ ਬਰਬਾਦ ਕੀਤਾ ਗਿਆ, ਸਾਡੇ ਵਿਰਸੇ ਨੂੰ ਬਰਬਾਦ ਕੀਤਾ ਗਿਆ, ਤਾਂ ਉਹ ਸਮਾਂ ਦੂਰ ਨਹੀਂ ਕਿ ਜਦੋਂ ਇਹ ਅੰਮ੍ਰਿਤਸਰ ਆਪਣੇ ਪਹਿਲੇ ਵਾਲੇ ਪੁਰਾਣੇ ਹਾਲਾਤਾਂ 'ਚ ਭੁੱਖਮਰੀ ਦਾ ਸ਼ਿਕਾਰ ਵੀ ਹੋਏਗਾ, ਅਤੇ ਇਹ ਜਿਹੜੀ ਟੂਰਿਸਟ ਹੱਬ ਵਜੋਂ ਉੱਭਰਿਆ ਹੈ ਇਹ ਦਿਨ ਬ ਦਿਨ ਖਤਮ ਹੁੰਦੀ ਜਾਏਗੀ।